ਦਰਸ਼ਕੋ ਫੇਰਦਵਾਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸਾਜ ਵਿੱਚ ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਘਟਨਾ ਹੈ ਸਿੱਖ ਇਤਿਹਾਸ ਦੇ ਹਵਾਲੇ ਨਾਲ 1907 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ अजीत ਸਿੰਘ ਤੇ ਲਾਲਾ ਲਾਜਪਤ ਰਾਏ ਇਹਨਾਂ ਨੂੰ ਮੰਡਲੇ ਜੇਲ੍ਹ ਚ ਭੇਜਿਆ ਗਿਆ ਮੰਡਲੇ ਬਰਮਾ ਦੇ ਵਿੱਚ ਸੀ ਜੀ ਉਹ ਮੋਕਾਸੀ ਕੇ ਪੰਜਾਬ ਦੇ ਵਿੱਚ ਜਿਹੜੀਆਂ ਇਹਨਾਂ ਨੇ ਕੈਨਾਲ ਕਲੋਨੀਆਂਜ਼ ਬਣਾਈਆਂ ਲਾਇਲਪੁਰ ਔਰ ਮਟਗੁੰਮਰੀ ਇਹ ਸਾਰੇ ਪਾਸੇ ਨਹਿਰਾਂ ਲੈ ਕੇ ਗਏ ਪਾਣੀ ਸੋ ਉਹਨਾਂ ਨੇ ਇੱਕਦਮ ਮਾਲੀਆ ਜਿਹੜਾ ਜ਼ਮੀਨਾਂ ਦਾ ਵਧਾ ਦੁੱਤਾ ਔਰ ਬਹੁਤ ਲੋਕ ਔਖੇ ਹੋਏ ਕਿਸਾਨ ਉਦੋਂ ਕਿਸੇ ਨੇ ਗੀਤ ਲਿਖਿਆ ਪਗੜੀ ਸੰਭਾਲ ਹੋਏ ਜੱਟਾਂ ਪਗੜੀ ਸੰਭਾਲ ਹੋਏ ਜੀ ਇਹ ਕਿਸਾਨਾਂ ਨੂੰ ਖਬਰਦਾਰ ਕਰਨ ਲਈ ਸੀ ਉਹ ਜੱਟ ਤੋਂ ਪਾਵ ਕਾਸ਼ਤਕਾਰ ਸੀ ਉਹ ਹਿੰਦੂ ਸਿੱਖ ਮੁਸਲਮਾਨ ਕੋਈ ਵੀ ਸਿੱਖ ਜ਼ਿਆਦਾ ਸਨ ਸੋ ਉਹਨੇ ਇੱਕ ਬੜੀ ਚੇਤਨਾ ਪੈਦਾ ਕੀਤੀ ਇਹਨਾਂ ਨੇ ਅਜੀਤ ਸਿੰਘ ਭਗਤ ਸਿੰਘ ਦਾ ਚਾਚਾ ਔਰ ਲਾਜਪਤਰਾ ਇਹਨਾਂ ਨੇ ਲਾਹੌਰ ਦੇ ਵਿੱਚ ਲੈਕਚਰ ਵੀ ਗਰਮਾ-ਗਰਮ ਕੀਤੇ ਔਰ ਫਿਰ ਇਹਨਾਂ ਨੂੰ ਗ੍ਰਫਤਾਰ ਕਰਕੇ 1907 ਚ ਮੰਡਲੇ ਜੇਲ੍ਹ ਦੇ ਵਿੱਚ ਭੇਜਿਆ ਗਿਆ ਔਰ ਅੰਗਰੇਜ਼ ਇਹਨੇ ਘਬਰਾਏ ਜਿੰਨੇ ਕ ਅਵੇਅਰਨੈਸ ਕਿਸਾਨਾਂ ਚ ਆਈ ਸੀ ਬਾਰ ਦੇ ਇਲਾਕੇ ਚ ਕਿ ਉਹਨਾਂ ਨੇ ਜਿਹੜਾ ਉਹ ਵਧਿਆ ਮਾਲੀਆ ਸੀ ਉਹ ਵਾਪਸ ਲੈ ਲਿਆ ਜੀ 1947 ਦੇ ਵਿੱਚ ਮਾਉਂਟ ਬੈਟਨ ਜਿਹੜਾ ਕਿ ਲਾਰਡ ਵਾਵਲ ਤੋਂ ਬਾਅਦ ਇਨਚਾਰਜ ਬਣ ਕੇ ਆਇਆ ਸੀ ਉਨੇ ਐਲਾਨ ਕੀਤਾ ਕਿ ਪੰਜਾਬ ਤੇ ਬੰਗਾਲ ਦੀ ਵੰਡ ਹੋਏਗੀ। ਔਰ ਵੰਡ ਦਾ ਆਧਾਰ ਉਹਨਾਂ ਨੇ 1941 ਦੀ ਜਿਹੜੀ ਮਰਦਮ ਸ਼ੁਮਾਰੀ ਸੀ ਉਹਦੇ ਆਧਾਰ ਦੇ ਉੱਤੇ ਜਿੱਥੇ ਵੀ ਹਿੰਦੂ ਸਿੱਖ ਮੁਸਲਮਾਨ ਮੈਜੋਰਟੀ ਸੀ ਹਿੰਦੂਸੇ ਇੱਕ ਪਾਸੇ ਮੁਸਲਮਾਨ ਇੱਕ ਪਾਸੇ ਉਹਦੇ ਆਧਾਰ ਤੇ ਫਿਰ ਬੰਗਾਲ ਵੰਡਿਆ ਗਿਆ ਪੂਰਬੀ ਬੰਗਾਲ ਤੇ ਪੱਛਮੀ ਬੰਗਾਲ ਚ ਬਾਅਦ ਉਸੇ ਹੀ ਪੂਰਬੀ ਬੰਗਾਲ ਨੂੰ ਇੰਡੀਅਨ ਫੌਜ ਨੇ ਜ਼ਬਰਦਸਤੀ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਪਣਾ ਦਿੱਤਾ। ਤੇ ਪੰਜਾਬ ਜਿਹੜਾ ਇਹ ਵੀ ਵੰਡਿਆ ਗਿਆ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਜੀ ਅ 3 ਜੂਨ 1984 ਨੂੰ ਗੁਰਵਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਭਾਰਤੀ ਫੌਜ ਨੇ ਸ਼੍ਰੀ ਅਕਾਲ ਤੰਦਰਪ ਸਿੰਘ ਤੇ 37 ਹੋਰ ਇਤਿਹਾਸਿਕ ਗੁਰਤਮਾਂ ਦੇ ਉੱਤੇ ਫੌਜ ਚੜਾਈ ਜਿਹੜਾ ਅਸੀਂ ਜ਼ਿਕਰ ਕਰ ਚੁੱਕੇ ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1864 ਦੇ ਵਿੱਚ ਜਨਰਲ ਲੀ ਨੇ ਬੈਟਲ ਆਫ ਕੋਲਡ ਹਾਰਬਰ ਜਿਹੜੇ ਕਿ ਵਰਜੀਨੀਆ ਚ ਆ ਉਹ ਜਿੱਤੀ ਕਿਉਂਕਿ ਇਹ ਸਾਊਥ ਦੀਆਂ ਫੌਜਾਂ ਦਾ ਜਰਨਲ ਸੀ ਸਿਵਲ ਵਾਰ ਚੱਲ ਰਹੀ ਸੀ ਅਮਰੀਕਾ ਚੋਰੀ ਤੇ ਬਹੁਤ ਨੁਕਸਾਨ ਹੋਇਆ ਹੈ ਅੱਧੇ ਘੰਟੇ ਦੇ ਵਿੱਚ 7000 ਦੇ ਕਰੀਬ ਫੌਜੀ ਮਾਰੇ ਗਏ ਦੋਨੋਂ ਪਾਸੇ ਜਿਹੜੇ ਵਾਰ ਲੜ ਰਹੇ ਸੀ ਜੀ ਔਰ ਇਹ ਉਹਦੀ ਆ ਲਾਸਟ ਵਿਕਟਰੀ ਸੀ ਉਸ ਤੋਂ ਬਾਅਦ ਉਹਨੂੰ ਹਾਰ ਹੋਈ ਔਰ ਗੈਟਿਸਬਰਗ ਦੀ ਲੜਾਈ ਤੋਂ ਬਾਅਦ ਸਿਵਲ ਵਾਰ ਦਾੰਤ ਹੋਇਆ ਜਿਹੜੀ ਕਿ ਸਲੇਵਰੀ ਦੇ ਮੁੱਦੇ ਤੇ ਸੀ ਜੀ 1940 ਚ ਜਰਮਨੀ ਨੇ ਪੈਰਿਸ ਦੇ ਉੱਤੇ ਲਗਾਤਾਰ ਜਿਹੜੇ ਨੇ 1100 ਦੇ ਕਰੀਬ ਬੰਬ ਸੁੱਟੇ 1946 ਦੇ ਵਿੱਚ ਅਮਰੀਕਨ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਬਸਾਂ ਦੇ ਵਿੱਚ ਰੇਸ ਤੇ ਆਧਾਰਿਤ ਕਾਲੇ ਗੋਰੇ ਤੇ ਆਧਾਰਿਤ ਜਿਹੜਾ ਉਹ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾਨ ਕਨਸਟੀਟਿਊਸ਼ਨਲ ਹੈ ਜੀ 1946 ਦੇ ਵਿੱਚ ਜਦੋਂ ਕਿ ਸੈਕੰਡ ਵਰਲਡ ਵਾਰ ਖਤਮ ਹੋ ਗਈ ਸੀ ਫਿਰ ਇੰਟਰਨੈਸ਼ਨਲ ਮਿਲਟਰੀ ਟ੍ਰਿਬਿਊਨਲ ਨੇ ਜਿਹੜਾ ਕਿ ਜਾਪਾਨ ਦੇ ਵਿੱਚ ਆਪਣਾ ਉਹਨਾਂ ਨੇ ਟ੍ਰਾਇਲ ਸ਼ੁਰੂ ਕੀਤਾ 28 ਜਾਪਾਨੀਆਂ ਨੂੰ ਵਾਰ ਕਰਿਮੀਨਲਸ ਐਲਾਨਿਆ ਗਿਆ 1959 ਦੇ ਵਿੱਚ ਸਿੰਗਾਪੁਰ ਦਾ ਅਲੱਗ ਸੰਵਿਧਾਨ ਬਣਿਆ ਪਹਿਲਾਂ ਸਿੰਗਾਪੁਰ ਮਲੇਸ਼ੀਆ ਦਾ ਹੀ ਹਿੱਸਾ ਸੀ 1959 ਦੇ ਵਿੱਚ ਇਹ ਦੋ ਦੇਸ਼ ਅਡਾਡ ਬਣੇ ਔਰ ਉਹਦਾ ਆਪਣਾ ਸੰਵਿਧਾਨ ਬਣਿਆ ਜੀ 1970 ਦੇ ਵਿੱਚ ਪਹਿਲੀ ਵਾਰ ਇੱਕ ਆਰਟੀਫੀਸ਼ੀਅਲ ਜੀਨ ਜਿਹਦੇ ਚ ਇੱਕ ਡੀਐਨਏ ਜਿਹੜਾ ਉਹ ਉਸ ਤੋਂ ਪਹਿਲਾਂ ਆਈਸੋਲੇਟ ਉਹਨਾਂ ਨੇ ਕੀਤਾ ਹੋਇਆ ਸੀ ਤੇ ਆਰਟੀਫੀਸ਼ੀਅਲ ਜੀਨ ਜਿਹੜਾ ਉਹ ਸਿੰਥਸਾਈਜ਼ ਕੀਤਾ 1976 ਦੇ ਵਿੱਚ ਮੈਗਨਾ ਕਾਰਟਾ ਮੈਗਨਾ ਕਾਰਟਾ ਇੰਗਲੈਂਡ ਦਾ ਇੱਕ ਡਾਕੂਮੈਂਟ ਹੈ ਜਿਹੜਾ ਕਿ 1215 ਦੇ ਵਿੱਚ 15 ਜੂਨ ਨੂੰ ਜਿਹੜੇ ਉੱਥੋਂ ਦੇ ਅਮੀਰ ਰਾਇਲਸ ਸੀ ਉਹਨਾਂ ਨੇ ਬਾਦਸ਼ਾਹ ਤੋਂ ਖਾਸ ਕੰਸੈਸ਼ਨ ਲੈ ਲਈ ਉਹਰੇ ਕਿ ਬਾਦਸ਼ਾਹ ਹਰ ਉਹਨਾਂ ਦੀ ਗੱਲ ਚ ਇੰਟਰਫੀਅਰ ਨਾ ਕਰੇ ਉਹਦੀਆਂ ਪਾਵਰਸ ਕੰਟੇਲ ਕੀਤੀਆਂ ਜਾਣ ਸੋ ਉਹਨਾਂ ਨੇ ਕਾਇਦਨਾਮਾ ਸਾਈਨ ਕੀਤਾ ਜਿਹਨੂੰ ਮੈਗਨਾ ਕਾਰਟਾ ਕਿਹਾ ਜਾਂਦਾ ਹੈ ਔਰ ਇਹੀ ਮੈਗਨਾ ਕਾਰਟਾ ਦੁਨੀਆਂ ਦੇ ਵਿੱਚ ਜਿਹੜਾ ਸੰਵਿਧਾਨਕ ਸਿਸਟਮ ਹੈ ਉਹਦੀ ਉਹਦੀ ਬਿਗਨਿੰਗ ਮੰਨਿਆ ਜਾਂਦਾ ਹੈ 1215 ਚ ਹੋਇਆ ਸੋ ਇਹਦੀ ਜਿਹੜੀ ਸਭ ਤੋਂ 올ਡੇਸਟ ਕਾਪੀ ਸੀ ਉਹ ਪ੍ਰੈਜ਼ੈਂਟ ਕੀਤੀ ਗਈ ਅਮਰੀਕਾ ਨੂੰ 1999 ਦੇ ਵਿੱਚ ਖੋਮੀਨੀ ਆਇਤੁੱਲਾ ਖੋਮੀਨੀ ਜਿਹਨੇ ਈਰਾਨ ਦੇ ਵਿੱਚ ਰੈਵੋਲੂਸ਼ਨ ਲਿਆਂਦਾ ਉਹਦੀ ਮੌਤ ਹੋਈ ਔਰ 1999 ਦੇ ਵਿੱਚ ਤੀਨੇ ਮੈਨਸ ਕਿ ਬੀਜਿੰਗ ਦੇ ਵਿੱਚ ਜਿੱਥੇ ਹਜ਼ਾਰਾਂ ਸਟੂਡੈਂਟ ਇਕੱਠੇ ਸੀ ਕਿ ਅਸੀਂ ਡੈਮੋਕ੍ਰੇਸੀ ਲਿਆਣੀ ਹੈ ਉਹਨਾਂ ਦੇ ਉੱਤੇ ਪੂਰਾ ਤਾਵਾ ਬੋਲਿਆ ਚੀਨੀ ਫੌਜ ਨੇ ਸੈਂਕੜਿਆਂ ਮਾਰੇ ਗਏ ਹਜ਼ਾਰਾਂ ਨੂੰ ਗ੍ਰਿਫਤਾਰ ਕੀਤਾ ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਡਾ ਅੱਜ ਦਾ ਸਵਾਲ ਹੈ ਅਮਰੀਕਾ ਦੇ ਲੂਸੀਆਨਾ ਸਟੇਟ ਦੇ ਭਾਰਤੀ ਮੂਲ ਦੇ ਗਵਰਨਰ ਬੌਬੀ ਜਿੰਦਲ ਨੇ ਕਿਹਾ ਹੈ ਕਿ ਇੱਕ ਅਮਰੀਕੀ ਫੌਜੀ ਦੇ ਬਦਲੇ ਜਿਹੜੇ ਪੰਜ ਅਫਗਾਨ ਅੱਤਵਾਦੀਆਂ ਨੂੰ ਛੱਡਿਆ ਗਿਆ ਹੈ ਉਹ ਹੁਣ ਹੋਰ ਲੋਕਾਂ ਦਾ ਕਤਲ ਕਰਨਗੇ ਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅ ਦੇਖੋ ਇਹ ਪਿਛਲੇ ਦਿਨਾਂ 'ਚ ਇੱਕ ਡੀਲ ਕੀਤੀ ਹੈ ਔਰ ਜਿਹੜੇ ਕਿਉਂਕਿ ਬੌਬੀ ਜਨਰਲ ਲੁਇਜ਼ੀਆਨਾ ਦਾ ਗਵਰਨਰ ਹੈ ਔਰ ਇਹ ਪ੍ਰੈਜ਼ੀਡੈਂਟ ਕੈਂਡੀਡੇਟ ਵੀ ਆਪਣੇ ਆਪ ਨੂੰ ਬਣਾਉਣਾ ਚਾਹੁੰਦਾ ਹੈ ਨਹੀਂ ਤਾਂ ਵਾਈਸ ਪ੍ਰੈਜ਼ੀਡੈਂਟ ਹੋਏਗਾ ਜੀ ਕੈਂਡੀਡੇਟ ਰਿਪਬਲਿਕਨ ਹੈ ਔਰ ਰਿਪਬਲਿਕਨਸ ਨੇ ਇਹ ਕਿਹਾ ਕਿਉਂਕਿ ਉਸ ਡੀਲ ਦੇ ਮੁਤਾਬਕ ਕਿ ਅਮਰੀਕੀ ਫੌਜੀ ਜਿਹੜਾ ਪਿਛਲੇ 5 ਸਾਲ ਤੋਂ ਅਫਗਾਨਾ ਨੇ ਤਾਲਿਬਾਨ ਨੇ ਉਨੂੰ ਬੰਦੀ ਬਣਾਇਆ ਹੋਇਆ ਸੀ ਉਹਨੂੰ ਛਡਾਣ ਲਈ ਉਹਨਾਂ ਨੇ ਡਿਮਾਂਡ ਰੱਖੀ ਕਿ ਪੰਜ ਉਹਨਾਂ ਦੇ ਸਾਥੀ ਜਿਹੜੇ ਕਿ ਇਹਨਾਂ ਦੀ ਘਟਨਾਵਾਂ ਮਾ ਬੇ ਦੇ ਵਿੱਚ ਫੜੇ ਹੋਏ ਸੀ ਜਾਂ ਕੈਦ ਸੀ ਅਮਰੀਕਨ ਕੈਦ ਦੇ ਵਿੱਚ ਸੀ ਉਹਨਾਂ ਨੂੰ ਛੱਡਿਆ ਜਾਏ ਤੇ ਅਸੀਂ ਉਹਨਾਂ ਨੂੰ ਛੱਡਾਂਗੇ ਸੋ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਡੀਲ ਕੀਤੀ ਉਹ ਪੰਜ ਉਹਨਾਂ ਨੇ ਛਡਾ ਲਏ ਔਰ ਉਹ ਜਿਹੜਾ ਉਹਨਾਂ ਨੇ ਛੱਡਤਾ ਹੁਣ ਇਹਦੇ ਤੇ ਰਿਪਬਲਿਕਨਸ ਨੇ ਬੜਾ ਰੌਣਾ ਪਾਇਆ ਹੈ ਹਾਲਾਂਕਿ ਕੋਈ ਨਵੀਂ ਗੱਲ ਨਹੀਂ ਹੈ ਇਹ ਤਾਂ ਹਮੇਸ਼ਾ ਹੀ ਡੀਲ ਹੁੰਦੀ ਹੈ ਔਰ ਇਹੀ ਗੱਲ ਵਾਈਟ ਹਾਊਸ ਦੇ ਬੁਲਾਰੇ ਨੇ ਵੀ ਕਹੀ ਹੈ ਕਿ ਪ੍ਰिजनਰ ਐਕਸਚੇਂਜ ਵੀ ਹੁੰਦਾ ਹੈ ਇਹ ਛੱਡੇ ਵੀ ਜਾਂਦੇ ਨੇ ਇਹ ਜਿਹੜੀ ਡੀਲ ਹਾਲਾਂ ਅਮਰੀਕਾ ਨੇ ਕਹੇ ਸੀ ਡਾਇਰੈਕਟ ਨਹੀਂ ਬਣਾਈ ਜ਼ਾਹਰ ਹੈ ਪਾਕਿਸਤਾਨ ਰਾਹੀਂ ਬਣਾਈ ਹੋਏਗੀ ਪਰ ਤੁਸੀਂ ਇਹਨਾਂ ਦਾ ਹਾਲ ਦੇਖੋ ਬੌਬੀ ਜੰਦਲ ਹਾਲਾਂਕਿ ਪੰਜਾਬੀ ਮੂਲ ਦਾ Hindu ਹੈ ISAI ਬਣਿਆ ਹੋਇਆ ਹੈ ਜੀ ਲੇਕਿਨ ਹੁਣ ਇਹਨਾਂ ਨੂੰ ਆਪਣਾ ਭੁੱਲ ਜਾਂਦਾ ਹੈ ਵੀ ਜਦੋਂ ਪਿਛਲੀ BJP ਵਾਜਪਾਈ ਸਰਕਾਰ ਵੇਲੇ ਜਸਵੰਤ ਸਿੰਘ ਫੋਰਨ ਮਿਨਿਸਟਰ ਉਹਨੂੰ ਲੈ ਕੇ ਗਿਆ ਜਿਹਨੂੰ ਜਿਹੜਾ ਸਭ ਤੋਂ ਖਤਰਨਾਕ ਖੁਖਾਰਤਵਾਦੀ ਉਹਨੂੰ ਕਹਿੰਦੇ ਸੀ ਤੇ ਤਾਂ ਜਾ ਕੇ ਉਹਨਾਂ ਨੇ ਕੰਧਾਰ ਤੋਂ ਜਿਹੜੇ ਆਪਣੇ ਜਹਾਜ਼ ਦੇ ਮੁਸਾਫਰ ਜਿਹਨਾਂ ਨੂੰ ਹਾਈਜੈਕ ਕਰਕੇ ਲੈ ਗਏ ਸੀ ਉਹ ਛਡਵਾਏ ਜੀ ਕਿ ਭਈ ਇੱਕ ਪਾਸੇ ਤਾਂ ਤੁਸੀਂ ਉਹਨੂੰ ਜਸਟੀਫਾਈ ਕਰਦੇ ਹੋ ਕਿ ਜੀ ਹਿਊਮਨ ਲਾਈਫ ਬੜੀ ਪ੍ਰੈਸ਼ੀਅਸ ਹੈ ਇਹ جنگ ਹੈ 2014 ਚ ਅਮਰੀਕਾ ਨੇ ਆਪਣੀ ਫੌਜ ਉੱਥੋਂ ਵਾਪਸ ਕੱਢ ਲੈਣੀ ਹੈ 2015 ਤੱਕ ਸਿਰਫ ਇਹਨਾਂ ਦੇ ਕਹਿਣ ਮੁਤਾਬਕ Obama ਨੇ ਕਿਹਾ ਵੀ 5000 ਫੌਜੀ ਰਹਿ ਜਾਣਗੇ ਸੋ ਜੇ ਕਿਸੇ ਇੱਕ ਦੀ ਜਾਨ ਬਚਦੀ ਹੈ ਔਰ ਉਸ ਦੇ ਲਈ ਕੋ ਡੀਲ ਕੀਤੀ ਜਾਂਦੀ ਹੈ ਤੇ ਇਹ ਕਿੰਨੀ ਤਕਲੀਫ ਇੱਕ ਕਿਵੇਂ ਐਕਸਟ੍ਰੀਮ ਤੇ ਜਾ ਕੇ ਖਲੋਕ ਹੈ ਕਿ ਜਿਉ ਹੋਰਨਾਂ ਨੂੰ ਮਾਰਨਗੇ ਤੁਸੀਂ ਕਿਹੜਾ ਕਟ ਕੀਤਾ ਅਮਰੀਕਾ ਉਥੇ ਅਜੇ ਕਿਹੜੇ ਡਰੋਨ ਹਮਲੇ ਬੰਦ ਕਰ ਦਿੰਦੇ ਨੇ ਜਾਂ ਦੂਜੇ ਕਰ ਦਿੰਦੇ ਨੇ ਜੀ ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਐਵੇਂ ਇੱਕ ਸਿਆਸੀ ਲਾਹਾ ਲੈਣ ਲਈ ਜਿਹੜਾ ਹਿਊਮੈਨਿਟਰੀਅਨ ਫੈਕਟਰ ਹੈ ਹੁਣ ਜਿਹੜਾ ਬੰਦਾ 5 ਸਾਲ ਬਾਅਦ ਆ ਰਿਹਾ ਉਸਨੇ ਦੇ ਪਰਿਵਾਰ ਜਾਂ ਉਸ ਦੀ ਪਤਨੀ ਮਾਪਿਓ ਉਹਨਾਂ ਦੇ ਸੈਂਟੀਮੈਂਟ ਦੇਖੋ ਸਾਬਕਾ ਫੌਜੀਆਂ ਦਾ ਸੈਂਟੀਮੈਂਟ ਦੇਖੋ ਔਰ ਜਿਹੜੇ 5000 ਆਏ ਨੇ ਉਹ ਕਿਹੜੇ ਅਤਵਾਦੀ ਸੀ ਕਿੱਥੋਂ ਪਤਾ ਨਹੀਂ ਕਿ ਉਹਨਾਂ ਨੂੰ ਫੜ ਕੇ ਲਿਆਏ ਕੀ ਡੀਲ ਕਿਹਨੇ ਬਣਾਈ ਨਹੀਂ ਉਹਨਾਂ ਉਹਨਾਂ ਦੇ ਪਰਿਵਾਰ ਜਨ ਉਹਨਾਂ ਦਾ ਸੋ ਕਈ ਵਾਰ ਹੈ ਜਿਹੜੀ ਫੋਕੀ ਸਿਆਸੀ ਲੜਾਈ ਹੈ ਉਹਦੇ ਚ ਅਸੀਂ ਜਿਹੜਾ ਇਨਸਾਨੀ ਫੈਕਟਰ ਹੈ ਹਿਊਮੈਨਿਟਰੀਅਨ ਫੈਕਟਰ ਹੈ ਇਸ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਉਹ ਇਜ਼ਰਾਈਲ ਫਲਸਤੀਨੀਆਂ ਦੇ ਵਿਚਾਲੇ ਵੀ ਕਦੇ ਉਹ ਛੱਡ ਦਿੰਦੇ ਨੇ ਉਹਨਾਂ ਦੇ ਉਹ ਪੜ ਲੈਂਦੇ ਨੇ ਉਹ ਛਡਾ ਕੇ ਫਿਰ ਆਪਣੇ ਛਡਾ ਲੈਂਦੇ ਨੇ ਸੋ ਇਹ ਇੱਕ ਨਾਰਮਲ ਡੀਲ ਹੈ ਪਰ ਇਸ ਕਿਸਮ ਦੀ ਜਿਹੜੀ ਹੈ ਘਟਿਆ ਹੈ ਸਿਆਸੀ ਲਾਹਾ ਲੈਣ ਦੀ ਗੱਲ ਹਿਊਮੈਨਿਟਰੀਅਨ ਫੈਕਟਰ ਨੂੰ ਪਾਸੇ ਛੱਡ ਕੇ ਇਹ ਦਿਸ ਇਸ ਕੰਡੈਮਨੇਬਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਵਾਦ ਡਾਕਟਰ ਸਾਹਿਬ ਤੁਹਾਡੇ ਕੋਲ ਅਸੀਂ ਮਾਫੀ ਮੰਗਦੇ ਆ ਅੱਜ ਦਾ ਵਿਚਾਰ ਤਾਂ ਮੈਂ ਉਹਦੇ ਸੈਕਿੰਡ ਵਿੱਚ ਦੇ ਦੇਣਾ ਹੈ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰ ਮਾਰੇ ਬਾਰ ਜੀ ਸੋ ਅੱਜ ਜਿਹੜੇ ਉਸ ਹਰੀ ਦੇ ਦਵਾਰ ਹਰੀ ਮੰਦਰ ਦੀ ਪਵਿੱਤਰਤਾ ਦੇ ਲਈ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਨੇ ਜੀ ਉਹ ਆਲਰੇਡੀ ਨਰਨਕਾਰ ਦੀ ਦਰਗਾਹ ਚ ਪਰਵਾਨ ਨੇ ਹਰੀ ਦੇ ਘਰ ਲਈ ਰੱਬ ਦੇ ਘਰ ਚ ਉਹਨਾਂ ਨੇ ਜਿਹੜਾ ਆਪਣਾ ਆਪਾ ਕੁਰਬਾਨ ਕੀਤਾ ਜੇ ਜਿਵੈ ਪਤ ਲੱਥੀ ਜਾਏ ਸਭ ਹਰਾਮ ਜੀ ਤੱਕ ਚ ਖਾਏ ਇਸ ਦੇ ਉਤੇ ਅਮਲ ਕਰਦੇ ਆ ਸੋ ਫਿਰ ਰੱਬ ਨੇ ਵੀ ਨਹੀਂ ਪੁੱਛਣਾ ਮਤ ਹਰ ਪੁੱਛਿਆ ਕੌਣ ਹੈ ਪਰਾ ਹਮਾਰੇ ਬਾਅਦ ਜੀ ਜੀ ਉਹਨਾਂ ਨੂੰ ਅਕਾਲ ਪੁਰਖ ਦੀ ਦਸ਼ਮੇਸ਼ ਪਿਤਾ ਦੀ ਗੋਦ ਨਸੀਬ ਹੈ ਜੀ ਔਰ ਉਹਨਾਂ ਨੂੰ ਅਸੀਂ ਆਪਣੀ ਸ਼ਰਦਾ ਦੇ ਫੁੱਲ ਪੇਟ ਕਰਦੇ ਆ ਜੀ ਡਾਕਟਰ ਸਾਹਿਬ ਧੰਨਵਾਦ ਵੀਅਰਸ ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਦੇਖਦੇ ਰਹੋ ਤੇ ਤੁਸੀਂ ਸਾਨੂੰ ਆਪਣਾ رائے ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sosatv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਬ੍ਰਿੰਡ ਡਾਕਟਰ ਸਾਹਿਬ ਨੂੰ ਅਗਿਆਦੋ ਵਾਹਿਗੁਰੂ ਜੀ ਕਾਲਸਾ ਫਾਹੇ ਕੱਚੀ ਕਿਫਤੇ